ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਇੱਕ ਵਾਰ ਫਿਰ ਸਵਾਗਤ ਪੈਰਿਸ ਦੇ ਲਾਸਟ ਐਪੀਸੋਡ। ਇਸ ਐਪੀਸੋਡ ਦੇ ਵਿੱਚ ਮੈਂ ਪੈਰਿਸ ਦੇ ਵਿੱਚ ਜਿਹੜਾ ਸੀਨਾ ਰਿਵਰ ਆ, ਜਿਹਨੂੰ ਕਹਿੰਦੇ ਸੀਨਾ ਰਿਵਰ, ਰਿਵਰ ਇੱਕ ਕਿਸਮ ਦਾ, ਜਿਵੇਂ ਲੰਡਨ 'ਚ ਇੱਕ ਥੇਮਸ ਰਿਵਰ ਆ, ਇੱਥੇ ਪੈਰਿਸ 'ਚ ਵੀ ਰਿਵਰ ਆ, ਇਹ ਵੀ ਰਿਵਰ ਦੇ ਕੰਢੇ 'ਤੇ ਵਸੇ। ਇਹਦੇ ਕਰੂਜ਼ 'ਚ ਗਿਆ, ਇਹਦੇ ਵਿੱਚ ਕਰੂਜ਼ 'ਤੇ ਜਾ ਕੇ ਸਾਰੀਆਂ ਚੀਜ਼ਾਂ ਸਾਈਡ ਦੀਆਂ, ਇੱਧਰ ਉੱਧਰ ਦੀਆਂ, ਸਾਰਾ ਨੋਟਰਡਾਮ ਹੋਰ ਆਹ ਜੋ ਪਹਿਲਾਂ ਤੁਰ ਕੇ ਦੇਖੀਆਂ, ਉਹ ਇਹਦੇ ਵਿੱਚ ਆਪਦਾ ਨਜ਼ਾਰਾ ਹੁੰਦਾ। ਸਮੁੰਦਰ ਦੇ ਦਰਿਆ ਦੇ ਕੰਢੇ 'ਤੇ ਲੋਕ ਕਿਵੇਂ ਬੈਠੇ ਨੇ, ਉੱਥੇ ਵੀ ਸਾਨੂੰ ਬਾਤ ਵੀ ਕਰ ਰਹੇ ਨੇ, ਕੋਈ ਬੰਦੇ ਲੰਬੇ ਵੀ ਪਏ ਨੇ, ਕਾਲਾ ਹੋ ਰਹੇ ਨੇ, ਪੂਰਾ ਕੀ ਕਹਾਂ, ਬਰਾਊਨ ਹੋ ਰਹੇ ਨੇ, ਗੋਰੇ। ਸੋ ਇਹ ਇਸ ਐਪੀਸੋਡ ਦੇ ਵਿੱਚ ਤੁਸੀਂ, ਮੈਂ ਇਹਨੂੰ ਸੈਪਰੇਟ ਕਰਿਆ ਸੀ, ਮੈਂ ਉਹਨੂੰ ਵਿੱਚ ਨਹੀਂ ਸੀ ਮਿਲਾਉਣਾ ਚਾਹੁੰਦਾ ਵੀ ਇਹਦੇ ਵਿੱਚੋਂ ਹਾਂ ਦਰਿਆ ਦੇ ਵਿੱਚੋਂ ਫਿਰ ਵੀ ਉਹ ਜਿਹੜਾ ਆਈਫਲ ਟਾਵਰ ਉਹ ਕਿਵੇਂ ਦਿਖਦਾ, ਦਰਿਆ ਦੇ ਵਿੱਚੋਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦਿਖਦੀਆਂ ਨੇ, ਕਿਵੇਂ ਦਰਿਆ ਦੇ ਵਿੱਚ ਬੋਟ ਜਾਂਦੀ ਆ, ਕਿੱਥੋਂ ਜਾ ਕੇ ਫਿਰ ਮੁੜ ਕੇ ਆਉਂਦੀ ਆ, ਇਹ ਸਾਰਾ। ਹਾਂ ਗੈ ਇਹ ਮੈਂ ਅਸੀਂ ਜਿਹੜਾ ਟੂਰ ਸ਼ੁਰੂ ਕਰਿਆ ਸੀ ਰਿਵਰ ਦਾ, ਕਰੂਜ਼ ਦਾ, ਪੈਰਿਸ ਦਾ, ਇਹ ਆਈਫਲ ਟਾਵਰ ਦੇ ਕੋਲੋਂ ਹੀ ਕਰਿਆ ਸੀ ਥੱਲੇ, ਉਹ ਜਿੱਥੇ ਉਹ ਠੱਗ ਜੇ ਰਹਿੰਦੇ ਨੇ, ਠੱਗ ਜੇ ਬੈਠੇ ਹੁੰਦੇ ਨੇ, ਜਿਹੜਾ ਉਹ ਬਾਲਾਂ ਜੀਆਂ ਨਾਲ ਖੇਡਦੇ ਨੇ, ਉਹਨਾਂ ਦੀ ਕੀ ਸਿਸਟਮ, ਕੀ ਉਹਨਾਂ ਦਾ ਬਾਲਾਂ ਖੇਡਣ ਵਾਲਿਆਂ ਦਾ, ਵੀ ਉਹ ਕੌਲੀਆਂ ਜਿਹੀਆਂ ਰੱਖੀਆਂ ਹੁੰਦੀਆਂ, ਇੱਕ ਤਾਂ ਥੱਲੇ ਬਾਹਰ ਰੱਖੀ ਹੁੰਦੀ ਆ, ਕੌਲੀਆਂ ਇੱਧਰ ਉੱਧਰ ਘੁਮਾ ਕੇ ਫਿਰ ਕਹਿੰਦੇ ਜੀ ਹਾਂਜੀ ਦੱਸੋ ਦੱਸ ਬਾਲ ਕਿਹਦੇ ਥੱਲੇ ਆ, ਠੀਕ ਹੈ। ਉਹ ਹੁੰਦੇ ਉਹਨਾਂ ਦੇ ਬੰਦੇ ਨੇ, ਪਹਿਲਾਂ ਕੀ ਕਰਦੇ ਨੇ, ਉਹ ਇੱਕ ਦੋ ਬੰਦਿਆਂ ਨੂੰ ਜਿਤਾ ਆਉਂਦੇ ਨੇ ਆਪਦਿਆਂ ਨੂੰ, ਉਹ ਆਲੇ ਦੁਆਲੇ ਖੜੇ ਹੁੰਦੇ ਨੇ ਰੌਲਾ ਪਾ, ਉਹ ਕਹਿੰਦੇ ਹਾਂ ਹਾਂ ਜਿੱਤ ਗਿਆ, ਉਹ ਦੂਜਾ ਬੰਦਾ ਲਾਲ 'ਚ ਜਾ ਕੇ ਕਹਿੰਦਾ ਚਲ ਮੈਂ ਵੀ ਦੇਖ ਲੈਂਦਾ, ਪਰ ਉਹ ਹੈ ਬੜੇ ਉਸਤਾਦ, ਬਾਲ ਇੱਧਰ ਉੱਧਰ ਖਿਸਕਾ ਆਉਂਦੇ ਨੇ, ਅਤੇ ਇੱਕ ਵਾਰ ਤੁਹਾਨੂੰ ਫਸਾ ਲਿਆ ਫਿਰ ਤੁਸੀਂ ਜਾਂ ਤਾਂ ਲਾਲਚ ਦੇ ਮਾਰੇ ਹੋਰ ਖੇਡੀ ਜਾਓਗੇ, ਹੋਰ ਹਾਰ ਜਾਓਗੇ, ਜਾਣੀ ਅਖੀਰ ਨੂੰ ਤੁਸੀਂ ਜਿੱਤਣਾ ਤਾਂ ਹੈ ਨਹੀਂ, ਹਾਰਨਾ ਤਾਂ ਹੈਗਾ ਹੀ ਹੈ। ਸੋ ਉਹ ਉਹਨਾਂ ਦਾ ਤਰੀਕਾ ਇਹ, ਵੀ ਪਹਿਲਾਂ ਬੰਦੇ ਨੂੰ ਇੱਕ ਅੱਧੀ ਵਾਰ ਜਿਤਾ ਤਾ ਫਿਰ ਹਰਾ, ਅਤੇ ਜਿਹੜੇ ਆਲੇ ਦੁਆਲੇ ਬੈਠੇ ਹੁੰਦੇ ਨੇ ਉਹ ਫਿਰ ਜਿਹੜੇ ਖੜੇ ਹੁੰਦੇ ਨੇ ਉਹ ਕਹਿੰਦੇ ਅੱਛਾ ਅੱਛਾ ਇੰਨੇ ਜਿੱਤ ਗਿਆ, ਲਾ ਦੇ ਸਾਰੇ ਹੀ ਲਾ ਦੇ, ਆਹ ਕਰਦੇ ਹੋ, ਜਦੋਂ ਤੁਸੀਂ ਸਾਰੇ ਲਾ ਦਿੰਦੇ ਹੋ ਤੁਸੀਂ ਉਹ ਵੀ ਹਾਰ ਜਾਂਦੇ ਹੋ। ਸੋ ਉਹ ਇਹਨਾਂ ਦਾ ਸਿਸਟਮ ਆ ਠੱਗਾਂ ਦਾ, ਜਿਹੜੇ ਦੇ ਕੰਢੇ 'ਤੇ ਬੈਠੇ। ਬਾਕੀ ਮੈਂ ਦੇਖਿਆ ਪੈਰਿਸ 'ਚ ਆਪਣੇ ਪੰਜਾਬੀ ਵੀ ਬਹੁਤ ਸੀ, ਕਿਉਂਕਿ ਹੁਣ ਗੱਲਾਂ ਬਾਤਾਂ ਕਰਦੇ, ਚਲੋ ਮੇਰੇ ਕੋਲ ਤਾਂ ਪੱਗ ਬੰਨੀ ਕਰਕੇ ਅਗਲੇ ਆਉਂਦੇ ਨਹੀਂ ਸੀ ਜਾਂ ਬੁਲਾਇਆ ਨਹੀਂ, ਮੈਂ ਦੇਖਦਾ ਸੀ ਵੀ ਉਹ ਜਾਂ ਤਾਂ ਫੋਟੋਆਂ ਜੀਆਂ ਖਿੱਚਦੇ ਨੇ ਆਈਫਲ ਟਾਵਰ ਦੇ ਥੱਲੇ, ਅਤੇ ਜਾਂ ਕੁਛ ਸਮਾਨ ਵੇਚਦੇ ਨੇ ਵਿਚਾਰੇ ਆਪਦਾ, ਕੋਈ ਠੰਡਾ ਵੇਚਦਾ, ਪਾਣੀ ਵੇਚਦਾ, ਕੁਛ ਵੇਚਦਾ, ਇਸ ਤਰ੍ਹਾਂ ਕਰਦੇ ਨੇ, ਕਾਫੀ ਸੀ, ਠੀਕ ਹੈ। ਕਿਉਂਕਿ ਉੱਚੀ ਉੱਚੀ ਪੰਜਾਬੀ ਬੋਲਦੇ ਸੀ, ਉਹ ਆ ਜਾਓ ਚਾਹ ਪੀ ਲਓ, ਆਹ ਕਰੋ, ਮੈਂ ਨਹੀਂ ਬੁਲਾਇਆ ਵਿਚਾਰਿਆਂ ਨੂੰ, ਮੈਂ ਨਹੀਂ ਕਿਹਾ, ਕਿਉਂਕਿ ਕਾਹਤੇ ਕਈ ਵਾਰ ਬੰਦੇ ਆਪਣੇ ਬੰਦੇ ਸੰਗ ਜਾਂਦੇ ਨੇ, ਜਿਵੇਂ ਉਹਨਾਂ ਨੂੰ ਕਹਿੰਦਾ ਕੁਛ, ਭਾਵੇਂ ਉਹ ਪੁੱਛਦਾ ਕੀ ਹਾਲ ਆ ਜੀ ਕਿੱਥੋਂ ਜਾਂ ਕੁਛ ਹੋਰ ਆ, ਅਗਲਾ ਕਹਿੰਦਾ ਯਾਰ ਇਹ ਭਾਈ ਸਾਹਿਬ ਨੂੰ ਪਤਾ ਲੱਗੂ ਵੀ ਅਸੀਂ ਇੱਥੇ ਕਿਵੇਂ ਹਾਂ, ਕਿਉਂਕਿ ਬਾਹਲੇ ਬੰਦੇ ਉਹਨਾਂ 'ਚੋਂ ਕੁਛ ਇਲੀਗਲ ਵੀ ਹੋ ਸਕਦੇ ਨੇ, ਕਿਉਂਕਿ ਜਾਂ ਉਹ ਕੁਛ ਵਿਚਾਰੇ ਵਕਤ ਦੇ ਮਾਰੇ ਉੱਥੇ ਫਸੇ ਹੋ ਸਕਦੇ ਨੇ, ਵੀ ਮੈਨੂੰ ਨਹੀਂ ਪਤਾ, ਪਰ ਸੀਗੇ, ਚਲੋ ਆਪ ਤਾਂ ਵਿਚਾਰੇ ਮਿਹਨਤ ਕਰਕੇ ਗੁਜ਼ਾਰਾ ਕਰਦੇ ਸੀ, ਠੱਗੀ ਠੋਰੀ ਨਹੀਂ ਕਰਦੇ, ਇੱਕ ਹੋਰ ਨਹੀਂ ਕਰਦੇ, ਚਲੋ ਠੀਕ ਆ, ਉਹ ਫੋਟੋਆਂ ਖਿੱਚ ਲਈਆਂ, ਕੋਈ ਸਮਾਨ ਜਿਹਾ ਵੇਚਦਾ, ਕੋਈ ਛੱਲੇ ਜਿਹੇ ਵੇਚਦੇ, ਜਾਂ ਕੁਛ ਹੋਰ ਕਰ ਲਿਆ, ਜਾਂ ਤੁਹਾਨੂੰ ਇੱਕ ਬਲੂਨ ਜਿਹਾ ਫੜਾ ਕੇ ਕੋਈ ਹੋਰ ਕਰਤਾ, ਉਹ ਅਗਲੇ ਦੇ ਆਪਦੇ ਉਹਨਾਂ ਦੇ ਤਰੀਕੇ ਨੇ ਉੱਥੇ ਬਣਾਏ ਹੋਏ, ਚਲੋ ਉਹ ਆਪਦੀ ਦਿਹਾੜੀ ਬਣਾ ਲੈਂਦੇ ਹੋਣੇ ਵਿਚਾਰੇ, ਠੀਕ ਹੈ। ਸੋ ਇਹ ਵੀ ਮੈਂ ਦੇਖਿਆ ਉੱਥੇ ਪੰਜਾਬੀਆਂ ਨੂੰ, ਪਰ ਮੈਂ ਫਿਰ ਦੱਸਾਂ ਮੈਂ ਪੰਜਾਬੀਆਂ ਊਂ ਦੇਖੇ ਘੁੰਮਦੇ ਤਾਂ ਦੇਖੇ, ਪਰ ਮੈਂ ਬਹੁਤੇ ਨਹੀਂ, ਔਰ ਪੱਗ ਵੀ ਨਹੀਂ ਸੀ ਬੰਨੇ ਹੋਏ ਰੋਡੇ ਸੀ, ਪਰ ਫਿਰ ਵੀ ਬਾਕੀ ਇੱਥੇ ਪੰਜਾਬੀ ਪੱਗਾਂ ਵਾਲੇ ਵੀ ਹੈਗੇ ਪੈਰਿਸ ਦੇ ਵਿੱਚ, ਠੀਕ ਹੈ। ਬੜੀ ਵਿਚਾਰਿਆਂ ਨੇ ਜਦੋਂ ਜਹਦ ਕੀਤੀ ਪੁਰਾਣਿਆਂ ਨੇ ਸੁਣਿਆ ਹੋਇਆ, ਪਰ ਮੈਂ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਠੀਕ ਹੈ। ਤੋ ਇਹ ਲਾਸਟ ਐਪੀਸੋਡ ਪੈਰਿਸ ਕਿਸ਼ਤੀ ਦੇ ਵਿੱਚੋਂ, ਜਿਹੜਾ ਜਿਹਨੂੰ ਰਿਵਰ ਕਰੂਜ਼ ਕਹਿੰਦੇ ਨੇ ਉਹਦੇ ਵਿੱਚੋਂ, ਠੀਕ ਹੈ ਜੀ। ਧੰਨਵਾਦ, ਇੰਜੋਏ ਕਰੋਗੇ, ਅਤੇ ਮੈਨੂੰ ਲੱਗਦਾ ਜਦੋਂ ਜੇ ਤੁਸੀਂ ਕਦੇ ਪੈਰਿਸ 'ਚ ਆਉਣ ਦਾ ਤੁਹਾਨੂੰ ਮੌਕਾ ਮਿਲਿਆ ਤਾਂ ਤੁਸੀਂ ਇੱਥੇ ਜ਼ਰੂਰ ਇਸ ਰਿਵਰ ਦੇ ਕਰੂਜ਼ 'ਚ ਵੀ ਲੈ ਲਿਓ, ਕਿਉਂਕਿ ਇੱਥੇ ਆਈਫਲ ਟਾਵਰ ਵੀ ਦੇਖ ਪਾਉਣਾ, ਹੋਰ ਸਾਰੀਆਂ ਹਿਸਟੋਰਿਕ ਚੀਜ਼ਾਂ ਵੀ ਦੇਖ ਜਾਂਦੀਆਂ ਨੇ, ਅਤੇ ਉੱਥੋਂ ਜਿਹੜੇ ਉਹਨਾਂ ਦੇ ਤੁਹਾਡੇ ਗਾਈਡ ਜੇ ਹੁੰਦੇ ਨੇ ਜਾਂ ਤੁਹਾਡੇ ਕਰੂਜ਼ ਵਾਲੇ ਹੁੰਦੇ ਨੇ, ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਦੇ ਨੇ, ਠੀਕ ਆ। ਉਹਦੀ ਆਵਾਜ਼ ਮੈਂ, ਕਿਉਂਕਿ ਮੈਂ ਕਰੂਜ਼ ਦੇ ਪਿਛਲੇ ਪਾਸੇ ਬੈਠਾ ਸੀ, ਆਵਾਜ਼ ਬਹੁਤ ਹੀ ਮੇਤੋਂ ਚੰਗੀ ਤਰ੍ਹਾਂ ਉਹਨਾਂ ਦੀ ਰਿਕਾਰਡ ਨਹੀਂ ਹੋਈ, ਠੀਕ ਹੈ, ਕਿਉਂਕਿ ਜਿਹੜਾ ਉਹਨਾਂ ਦਾ ਮਾਈਕ ਸੀ ਉਹ ਇੰਨਾ ਸਟਰੋਂਗ ਨਹੀਂ ਸੀ, ਇੰਨਾ ਵਧੀਆ ਨਹੀਂ ਸੀ। ਚਲੋ ਕੋਈ ਨਹੀਂ, ਤੁਸੀਂ ਉਹਨੂੰ ਇੰਜੋਏ ਕਰ ਲਓ, ਉਹ ਬਹੁਤ ਆ। ਧੰਨਵਾਦ ਜੀ, ਪੈਰਿਸ ਦਾ। Ай, давай, 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 давай
ਹਾਂਜੀ ਆਹ ਇੱਥੇ ਦੰਪਕ ਸੁਣੀ ਉਹਦਾ ਸਾਈਨ 83 ਦਿਨਾਂ ਨੂੰ ਹੋਣੀ ਹੈ 83 ਦੇ ਪਏ ਨੇ 7 ਘੰਟੇ 41 ਮਿੰਟ 21 ਸੈਕਿੰਡ ਇਹ ਉਹਦਾ ਸਾਈਨ ਆ ਇਹ ਆਮ ਤੌਰ 'ਤੇ ਹਰ ਸਿਟੀ 'ਚ ਫਿਰ ਓਲੰਪਿਕਸ ਤੋਂ ਪਹਿਲਾਂ ਲੱਗਿਆ ਹੁੰਦਾ Ici on trouve le pont de Sars et à droite vous allez trouver l'institut de France. C'est un institut qui est comporté par 5 académies. Il y a l'académie de Sars, l'académie des sciences politiques et l'académie française. C'est le dernier en charge de la langue française. So now we can see the heart of Paris is the city island that we find on the left. This is in the middle of the city, so that is why they call the heart of Paris. And in this place, it was created the first Paris, and it was called Lutèce in French and Lutèce in Latin. So it was a Roman city. But the first civilization, it was created in Nanterre. Nanterre is a city near of Paris. And this civilization was created by the Parisi people. So the city of Paris had this name in honor of the Parisi people. Ici, on trouve à gauche le cœur de Paris, en fait, il s'agit des villes de la cité. Cette île est appelée comme ça, car en fait, il se trouve tout au milieu de la ville de Paris. Et c'est ici aussi où la première Paris a été construite, ils l'avaient appelée Lutèce, il s'agit d'une ville romaine. Mais la première aussi, où ils se sont, en fait, elle a été créée à l'inverse. Et donc, en fait, cette civilisation a été créée par le peuple parisien. Justement, la ville porte son nom en honneur du peuple parisien. Quartier porte ce nom car en fait c'était l'endroit où les étudiants habitaient à l'époque et il faut savoir que ces étudiants parlaient du latin. So now we can see the Saint Michel Bridge. And this bridge was created by Napoleon the Third. And it's the newest bridge of the city and it's in the direction of the Latin neighborhood. Ici on trouve le pont Saint Michel, ce pont créé par Napoleon III. Il s'agit du très petit pont de la ville de Paris. Et ces ponts sont justement du quartier latin, derrière le pont Saint-Michel. Vous allez aussi trouver la cathédrale de Notre-Dame à gauche de cette pont. So at the other side of this bridge, you can find on the left Notre-Dame Church.
find it, la première femme aux windows d'un wolf. And in the room, you're gonna find these gargoyles. This is a sculpture the world creates to drain the water, protect the walls, and also protect the church and the Vatican Spirit. Si on trouve la cathédrale de Notre-Dame, cette cathédrale qui a été conçue par Jean-Louis Sauvy, la construction de ce monument, la première période de la rencontre de trois royaumes, un seul royaume de Louis VII, de Philippe Auguste et aussi de Saint-Louis. C'est un bâtiment et un esthétique de la gothique, l'art gothique, et vous allez trouver, par exemple, le monument, il a cette forme pointue. Et aussi, il y a plus de fenêtres que de murs. Et sur Notre-Dame, aussi, vous allez trouver des exemplaires de gargouilles. C'est ça, ces sculptures qui ont été conçues pour évacuer l'eau, protéger le mur et aussi protéger la cathédrale du mauvais esprit. It was destroyed during the fire of the 2019. It was created by Violet Le Duc. So this copy that we find, it was put in place in January of this year, and in the summer of the month. So during the French Revolution, Notre-Dame lost her place in the society. So people break in the cathedral and they cut off the heads we find in the gallery, because these people thought that this is cultural representation. Pendant la Révolution française, Notre-Dame avait perdu sa place dans la société. Donc, il y a beaucoup de personnes qui ont retrouvé la terre des sculptures portées dans les galeries, car cette groupe de personnes pensait qu'il s'agissait de sa sculpture qui représentait le roi. C'est grâce à Victor Hugo et son ouvrage Notre-Dame de Paris que la période gothique a été mise en valeur à nouveau et aussi que la cathédrale a été restaurée. It was Victor Hugo who highlighted again Notre-Dame de Paris in his book Notre-Dame de Paris also. So it's also thanks to Victor Hugo that the cathedral was restored. So in this church also, you're going to find the zero point. The zero point is the point that they used to calculate the distance between all the cities of France. Il faut savoir qu'ici, il y a aussi le point zéro. C'est le point qui a été utilisé pour calculer la distance entre chaque ville de la France. Aussi derrière nous, à gauche, vous allez trouver le pont Saint-Louis, c'est pont qui a été conçu pour connecter les deux îles. Il y a ici l'île de la Cité et à gauche vous allez trouver l'île Saint-Louis. So behind us, on the left, you can find the Saint-Louis Bridge, and this bridge was created to connect these two islands. So you have behind us the île de la Cité, City Island, and on the left you're gonna find Saint-Louis Island. Beautiful buildings and expensive of Paris. This is the Hotel Lambert. This hotel is the old home of Voltaire, Chopin and Mozart. And the decors of the hotel, this hotel was created by Charles Le Brun, also made the decors in the Volume Parcours. Ici à l'île Saint-Louis, vous allez trouver un des bâtiments plus chers et plus beaux de Paris. En fait, il s'agit de l'hôtel Lambert. C'est un hôtel, c'est la maison de Voltaire, Chopin et Mozart. Et la décoration de cet hôtel a été conçue par Charles Le Brun, qui a aussi créé la chambre Hercule au château de Versailles. So here we have all this bully clock of the city. And
Royal Palace created in the Middle Age. Et ici à gauche, vous allez trouver l'horloge publique plus ancienne de Paris. En fait, cette horloge qui a été créée en 1300. Et juste à côté de cette horloge, on a la conciergerie. C'est un palais en fait qui a été créé en Moyen Âge. This window we see, it was became a prison during the French Revolution. And it's the place where the Queen Marie Antoinette was a prisoner during this revolution. Also, you have to know that this building now is part of the Justice Palace. Pour savoir que la Conciergerie, c'est l'endroit où Marie Antoinette est allée à prison pendant la Révolution française. Et c'est un bâtiment qui fait partie du Palais de la Justice. Now we're gonna cross the new bridge. This is the oldest bridge of the city because it's the first one that supports the flows of the city, of the river. It's also the first one that it was created with the stones. So you can see in this bridge, this mask is like the one created to give fear to people who want to conquer the city. And on the right of this bridge, you can find the sculpture of Henry Bull. Henry IV is the creator of this bridge, and is known as the Great because he wants to finish what the religious war. Voilà, le pont neuf, c'est bon, c'est un pont apparemment. Parce que le père Jean Valcampier, en ville de Paris. Ces ponts sont les plus anciens humaniers qui avaient aussi donc le premier transporté le creux de la Seine, mais aussi conçu en pierre. Et quand je prends neuf, il y a la sculpture de Henri IV, le créateur de cette monument. Et c'est bon, en fait, les gens voulaient le grand, car c'était lui qui gérait la guerre de la Russie. Now we have the Arc Bridge, and on the right of this bridge, you're gonna find the Louvre Museum. This is the biggest museum of the world, and it was also a royal palace. The first king who lived here was Philip II, and the last one was Louis XIV, who decided to move to another city. He decided to move to Versailles. Ici, on trouve le pont des Sacs. Et à droite de ce pont, il y a le Louvre, le musée plus grand et plus mystérieux du monde. Cette musée, en fait, c'est un ancien palais royal. La première fois qu'il a été ici, c'était Philippe II. Et derrière, ça a été Louis XIV qui a essayé d'aménager vers Versailles. So, during the 1600s, they decided to use this building for two academies. One it was the Academy of Instruction and Letters, and the other one it was the Academy of Painting and Sculptures. So, these two academies stayed in this building during a century. And in 10 August of the 1700s, they decided to open the doors of the Louvre for the first time. Il faut savoir que cette bâtiment à partir de 1600 elle a été utilisée par deux académies. Une seule académie d'instruction et 20 lettres, l'autre c'est l'académie des peintures et sculptures. Ces académies l'ont resté dans cette voie de bâtiment pendant un siècle. Et c'est à partir du 10 août de 1500 que le Louvre a ouvert ses portes. Mais l'idée de la création de cette musée, en fait, c'était elle a été conçue au moment pour exposer des jeunes œuvres françaises. So we have a gift from Louis XIV for the people of Paris. This is the Royal Bridge. The
king decide to create this bridge to say sorry. So now we have in front of us again the Alexander the First Bridge, and in the middle of this bridge kind of had two sculptures, these two beautiful sculptures that were created by Récipon. Récipon is the name of the artist who created also the sculpture that you're gonna find at the right in green color, the sculpture you're gonna find in the roof of the big palace. Ici on trouve le pont Alexandre III et tout au milieu il y a quatre sculptures. C'est sa sculpture, elle a été créée par Récipon, c'est un artiste français qui a aussi créé sa sculpture qu'on trouve sur le Grand Palais en France. Also you have these four sculptures gold. You have here the art, the science, the commerce and the industry. Ici on trouve ces quatre sculptures qu'on se en fait d'or. Ces sculptures en fait sont là, la science, le commerce. Alors here on the side of the left, this golden door. This is the Amalie Hotel, the place where you can find the tomb of Napoleon the First. Et à gauche, vous allez trouver cette zone dorée, en fait, il s'agit de l'hôtel de Saint-Valide. À l'intérieur de cet hôtel, vous allez trouver the building was created for the World Fair also. And you have here the Tokyo Palace, that is a contemporary art center, and you have the Museum of Modern Art, the place where Picasso received for the first time the painting of Picasso. La sculpture et la célèbre fontaine de Varsovie. So now
now we can see the last bridge. This is the Manhattan Bridge, it's on the boat. This is the first bridge created with two levels. One is the level 4. The creator of this monument was Gustave Eiffel. Gustave Eiffel is the old student of the École Centrale, one of the most important school of engineering of France. Gustave Eiffel also made the inside of the Liberty, and he took 2 years, 2 months and 5 days to finish this project. Ici, on trouve la Tour Eiffel, cet monument conçu pour les expositions universelles, qui a été créé par Gustave Eiffel. Gustave Eiffel, c'est l'ancien étudiant de l'école centrale, une des écoles plus importantes d'ingénierie de la France. Il a aussi conçu la structure interne de la statue de la Liberté. Et il faut savoir que pour construire ces monuments, il a pris 2 ans, 2 mois et 5 jours. So the original color of the Eiffel Tower was the red. I have to know that the Eiffel Tower was started through the 7 years. So the color that we find now is the color that Gustave Eiffel chose when he was notified that Gona decided to keep the tower and not destroy it. Because the original idea was to destroy this tower after 20 years of creation. Il faut savoir que la Tour Eiffel est restaurée tous les 7 ans, donc il change de couleur, et la couleur qu'on trouve maintenant, c'est la couleur que Gustave Eiffel a choisie quand il a été notifié que le moment, il a décidé de garder la tour et pas la détruire. Quand l'idée originale, en fait, c'était la détruire après les 20 ans de sa création. Also on the first floor, you're gonna see these names in wood. They are the names of the most important science in France. Sur le premier étage, vous allez trouver ces noms en derrière. Il s'agit de noms de scientifiques plus...